ਪੰਜਾਬ ਦੇ ਵਿੱਚ 7ਵੇਂ ਗੇੜ ਦੇ ਤਹਿਤ ਲੋਕ ਸਭਾ ਚੋਣਾਂ ਹੋਣਗੀਆਂ, ਯਾਨੀ ਕਿ ਜਨਤਾ 19 ਮਈ ਨੂੰ ਆਪਣੇ ਵੋਟ ਦਾ ਇਸਤੇਮਾਲ ਕਰੇਗੀ, ਜਿਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਖਲਬਲੀ ਮਚੀ ਹੋਈ ਹੈ। ਇੱਕ ਪਾਸੇ ਉਮੀਦਵਾਰਾਂ ਵੱਲੋਂ ਆਪਣੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ, ਤਾਂ ਦੂਸਰੇ ਪਾਸੇ ਵਿਰੋਧੀਆਂ 'ਤੇ ਵੀ ਤੰਜ ਕੱਸਣ ਦਾ ਕੋਈ ਵੀ ਮੌਕਾ ਨਹੀਂ ਛੱਡਿਆ ਜਾ ਰਿਹਾ। ਤੇ ਹੁਣ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਵੱਲੋਂ ਵੀ ਬਾਦਲਾਂ ਤੇ ਹਮਲਾ ਕੀਤਾ ਗਿਆ, ਨਾਲੇ ਕਾਂਗਰਸ ਦੇ ਵੀ ਤਿੱਖੇ ਨਿਸ਼ਾਨੇ ਸਾਧੇ ਗਏ ਨੇ। ਦੱਸ ਦੇ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਬਸਪਾ ਤੇ ਪੀਡੀ ਦੇ ਸਾਂਝੇ ਉਮੀਦਵਾਰ ਵਿਕਰਮ ਸਿੰਘ ਸੋਢੀ ਦੇ ਹੱਕ ਦੇ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਮੌਕੇ ਉਹਨਾਂ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਵੀਰ ਸਿੰਘ ਬਾਦਲ ਤੇ ਜੰਮ ਕੇ ਸ਼ਬਦੀ ਵਾਰ ਕੀਤੇ। ਸੁਖਪਾਲ ਖਹਿਰਾ ਨੇ ਅਕਾਲੀਆਂ ਨੂੰ ਆਪਣੇ ਪਿਛਲੇ ਸਾਰੇ ਹੀ ਗੁਨਾਹਾਂ ਦਾ ਲੇਖਾ ਜੋਖਾ ਕਰਕੇ ਲੋਕਾਂ ਦੇ ਸਾਹਮਣੇ ਰੱਖ ਦਿੱਤਾ। ਇਸ ਤੋਂ ਇਲਾਵਾ ਖਹਿਰਾ ਨੇ ਮੋਦੀ ਸਰਕਾਰ ਤੇ ਵੀ ਜੰਮ ਕੇ ਤੰਜ ਕੱਸੇ ਅਤੇ ਕਿਹਾ ਕਿ ਇਹਨਾਂ ਦੋਨਾਂ ਤੋਂ ਲੋਕ ਬਹੁਤ ਦੁਖੀ ਹੋ ਚੁੱਕੇ ਨੇ। ਜੇਕਰ ਰਹੀ ਕਾਂਗਰਸ ਦੀ ਗੱਲ, ਤਾਂ ਉਹ ਤਾਂ ਝੂਠ ਬੋਲ ਕੇ ਹੀ ਮੈਦਾਨ ਦੇ ਵਿੱਚ ਆਏ ਨੇ ਅਤੇ ਅਕਾਲੀ ਤੇ ਕਾਂਗਰਸ ਦੋਵੇਂ ਹੀ ਫਰੈਂਡਲੀ ਮੈਚ ਖੇਡ ਰਹੇ ਨੇ। ਇੱਕ ਵਾਰ ਫਿਰ ਤੋਂ ਬਾਦਲ ਮੁੱਖ ਮੰਤਰੀ ਬਣ ਜਾਂਦਾ ਤਾਂ ਕੈਪਟਨ ਉਸਦੀ ਮਦਦ ਨਾਲ ਦੂਜੀ ਵਾਰ ਮੁੱਖ ਮੰਤਰੀ ਬਣ ਜਾਂਦਾ। ਇਸ ਕਰਕੇ ਦੋਹੋ ਆਪਸ ਦੇ ਵਿੱਚ ਘੁਲੇ ਮਿਲੇ ਹੋਏ ਨੇ। ਜਿਹੜਾ ਬਾਦਲ ਸਾਹਿਬ ਤੁਸੀਂ ਰਿਸ਼ਤਾ ਬਣਾਇਆ ਹੈ ਖਾਕੀ ਨਿੱਕਰ ਵਾਲਿਆਂ ਦੇ ਨਾਲ, ਆਰਐਸ ਤੇ ਬੀਜੇਪੀ ਦੇ ਨਾਲ, ਬਾਦਲ ਅਕਸਰ ਕਹਿੰਦਾ ਕਿ ਸਿੱਖਾਂ ਦਾ ਤੇ ਭਾਰਤੀ ਜਨਤਾ ਪਾਰਟੀ ਦੇ ਆਰਐਸਐਸ ਦਾ ਤੇ ਅਕਾਲੀ ਦਲ ਦਾ, ਇਹ ਕਹਿੰਦਾ ਨੂੰ ਨੌ ਤੇ ਮਾਸ ਦਾ ਰਿਸ਼ਤਾ ਹੈ। ਮੈਂ ਕਹਿਣਾ ਚਾਹੁੰਦਾ ਕਿ ਬਾਦਲ ਸਾਹਿਬ ਤੁਹਾਡਾ ਤੇ ਬੀਜੇਪੀ ਦਾ ਜਿਹੜਾ ਰਿਸ਼ਤਾ ਹੈ ਉਹ ਅਸਲ ਵਿੱਚ ਵਪਾਰ ਦਾ ਰਿਸ਼ਤਾ ਹੈ। ਅਗਰ ਪੰਜਾਬ ਦੇ ਵਿੱਚ ਕੋਈ ਰਿਸ਼ਤਾ ਹੈ ਨੌ ਤੇ ਮਾਸ ਦਾ, ਉਹ ਪਿੰਡਾਂ ਵਿੱਚ ਕਿਸਾਨ, ਕਿਰਤੀ, ਕਾਮੇ, ਪਛੜੀਆਂ ਸ਼੍ਰੇਣੀਆਂ, ਦਲਿਤ, ਜਿਹੜੇ ਇੱਕ ਥਾਲੀ ਵਿੱਚ ਰੋਟੀ ਛਕਦੇ ਨੇ ਲੰਗਰ, ਇੱਕ ਖੇਤ ਵਿੱਚ ਕੰਮ ਕਰਦੇ ਨੇ, ਔਰ ਉਹਨਾਂ ਲੋਕਾਂ ਨੇ ਅੱਜ ਅਗਰ ਭਾਰਤ ਦਾ ਨਾਮ ਕਿਤੇ ਸਾਰੀ ਦੁਨੀਆ ਦੇ ਵਿੱਚ ਹੈ, ਤਾਂ ਸਤਿਕਾਰਯੋਗ ਵੀਰੋ ਤੁਸਾਂ ਇਸ ਭਾਰਤ ਨੂੰ ਮਹਾਨ ਬਣਾਇਆ। ਨਾ ਮੋਦੀ ਨੇ ਬਣਾਇਆ, ਨਾ ਬਾਦਲ ਨੇ ਬਣਾਇਆ ਇਸ ਨੂੰ ਮਹਾਨ। ਮੇਰੇ ਵੀਰੋ, ਮੋਦੀ ਤੇ ਬਾਦਲ ਫਿਰਕਾ ਪ੍ਰਸਤ ਹਨ। ਇਸ ਨੂੰ ਧਰਮ ਤੇ ਜਾਤ ਪਾਤ ਤੇ ਉਸੇ ਵੰਡੀਆਂ ਪਾ ਕੇ ਲੋਕਾਂ ਨੂੰ ਮਰਵਾ ਕੇ, ਦੰਗੇ ਕਰਵਾ ਕੇ ਇਹ ਆਪਣਾ ਰਾਜ ਬਹਾਲ ਕਰਦੇ ਨੇ। ਬਾਦਲ ਨੇ, ਕਿਉਂਕਿ ਬਾਦਲ ਜਿਹੜਾ ਨਾ, ਬੁਰਾ ਨਾ ਮਨਾਇਓ, ਮੈਂ ਥੋੜ੍ਹਾ ਜਿਹਾ ਮੇਰੀ ਸ਼ਬਦਾਵਲੀ ਥੋੜ੍ਹੀ ਜਿਹੀ ਥੱਲੇ ਆਉਣ ਲੱਗੀ ਆ। ਅਕਾਲੀਆਂ ਨੂੰ ਕਹਿਣਾ ਚਾਹੁੰਦਾ, ਤੁਸੀਂ ਤਾਂ ਐਵੇਂ ਇਹਦੇ ਪਿੱਛੇ ਲੱਗੇ ਹੋ, ਇਸ ਦਾ ਪਜਾਮਾ ਲਵਾ ਕੇ ਦੇਖੋ, ਇਹਦੇ ਕਛਹਿਰੇ ਦੇ ਥੱਲੇ ਨਿੱਕਰ ਖਾਕੀ। ਮੇਰੇ ਵੀਰੋ, ਇਹ ਪੰਜਾਬ ਦਾ ਹਤੈਸ਼ੀ ਨਹੀਂ ਗਾ, ਇਹ ਕਿਸਾਨ ਵਿਰੋਧੀ ਹੈ, ਇਹ ਸਿੱਖ ਵਿਰੋਧੀ ਹੈ,